ਇਹ ਮੇਰਾ ਵੀ ਹਿੱਸਾ ਰਲ ਗਿਆ। ਯਾਰ ਮੇਰੀ ਰੰਗ ਤੇਰੀ ਕਿਆ ਲੱਗੀ? ਹਾਂਜੀ ਤੇਰੀ ਕਿਆ ਲੱਗੀ? ਮੇਕੂ ਜ਼ਹਿਰ ਲੱਗੀ। ਵਲ ਇਹ ਸਾਨੂੰ ਚੰਗੀ ਲੱਗੀ। ਓਏ ਮੇਰੀ ਦੋਸਤ ਤੇ ਮੇਰੀ ਦੋਸਤ ਤੇ ਮੇਰੀ ਦੋਸਤ ਚਾਰ ਪੈਸੇ ਵੱਧ ਲੈ ਲੇਗੀ। ਵਾਹ ਵਾਹ ਅੱਲਾ ਤੇ ਆ ਜਾ। ਓਏ ਮੇਰੀ ਮੇਰੀ ਦੋਸਤ ਕੋਲ ਵੰਜਣ ਤੋਂ ਪਹਿਲੇ ਬਾਪੂ ਮੇਰੀ ਲਾਸ਼ ਤੂੰ ਟਪਾ। ਨਹੀਂ ਇਹ ਤੂੰ ਸਾਡਾ ਯਾਰ ਏ, ਅਸੀਂ ਤੇਰੀ ਲਾਸ਼ ਤੋਂ ਨਹੀਂ ਟਪ ਸਕਦੇ, ਕੁਰਬਾਨੀ ਦਿੱਤੀ ਇਸ ਕੁੜੀ ਦੀ, ਪੁੱਠਾ ਹੋ। ਅੱਲਾ ਖਵਾ ਅੱਲਾ ਤੇ ਉਹ ਕੁੱਤੀ ਨਸਲ ਦੇ ਆਪ ਮਾਰੂ। ਓਏ ਤੇਰੀ ਜੀ ਜੀ ਮੇਰੀ ਗੱਲ ਸੁਣ, ਇਹਨਾਂ ਕੁੱਤਿਆਂ ਨੇ ਮੇਰੀ ਇੱਜ਼ਤ ਨਾ ਤੋੜੀ। ਓਏ ਓਏ ਤੂੰ ਤੇ ਪੂਰੀ ਜਾਨ ਤੇ ਪੂਛ ਦੇ। ਯੇ ਬੱਚੇ ਯੇ ਆਪਕਾ ਨੁਕਸਾਨ ਕਰਨਗੇ, ਮੈਂ ਬਜ਼ੁਰਗ ਹੂੰ, ਮੇਰਾ ਹੱਕ ਹੈ ਬੱਚੇ। ਓਏ ਕਿਹੜੇ ਬੱਚੇ ਕਿਹੜੇ ਬੱਚੇ? ਲੈ ਚਲਾਂ ਇਹਨਾਂ ਨੂੰ ਅੰਦਰ। ਓਏ ਸਾਡੀ ਏ ਸਾਡੀ ਏ ਚਲ ਓਏ ਚੱਲ ਇਹਨਾਂ ਲੈ ਕੇ ਚੱਲ 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 ਪੱਤੇ ਸਾਨੂੰ ਕੱਢ ਰਹੇ ਆ, ਸਾਨੂੰ ਕੱਢ ਰਹੇ ਆ ਕਿ ਤੇਰੀ ਸ਼ਾਦੀ ਹੋ ਰਹੀ ਏ, ਅਸੀਂ ਅੰਦਰ ਬੋਲਨੇ ਹੀ ਨਹੀਂ, ਤਾਂ ਕਿ ਤੇਰੇ ਰਿਸ਼ਤੇ ਵਾਲਿਆਂ ਨੂੰ ਪਤਾ ਨਾ ਚੱਲੇ ਤੇਰੇ ਯਾਰ ਆਏ। ਯਾਰੀ ਦੋਸਤੀ ਦੇ ਨਾਤੇ ਇੱਕ ਰਿਕਵੈਸਟ ਕਰਨਾ ਚਾਹੁੰਦਾ, ਇਹਨੂੰ ਅੰਦਰ ਭੇਜ। ਓਏ ਚੱਲ ਤੂੰ ਅੰਦਰ ਚੱਲ। ਮੇਰੇ ਸਾਰੇ ਦੋਸਤ ਆ ਗਏ, ਮੈਂ ਤਾਂ ਲੋਕੇ ਥੱਕੇ ਮਾਰ ਕੇ ਬਾਹਰ ਕੱਢੋ ਹੀ ਲਾਗੂ। ਯਾਰ ਇਹ ਵਾਕਈ ਤੇਰੀ ਦੋਸਤ ਹੈ? ਮੇਰੀ ਫਰੈਂਡ ਹੈ ਯਾਰ, ਮੈਂ ਉਹ ਤਾਂ ਲੱਗਦਾ ਦੱਲਾ ਨੇ ਭੇਜੀ। ਅੱਲਾਹ ਅੱਲਾਹ ਤੈਨੂੰ ਨਜ਼ਰ ਨਹੀਂ ਆਉਂਦਾ ਭੇਜ ਰਿਹਾ? ਸੁਪਰ ਕਲਾਸ ਪੀਸ ਦੱਲਾ ਭੇਜ ਸਕਦੇ? ਇਹਦੀ ਅੱਖਾਂ ਤੇ ਦੇਖ ਆਏ ਚਾਂਦ, ਆਪਕੀ ਅੱਖੋਂ ਮੈਂ ਮੁਝੇ ਕੁਛ ਨਜ਼ਰ ਆ ਰਿਹਾ ਹੈ। ਮੇਰਾ 5 ਮਰਲੇ ਦਾ ਪਲਾਟ ਵਿਕਤਾ ਨਜ਼ਰ ਆ ਰਿਹਾ ਹੈ। ਮੇਰਾ ਯਾਰ ਮੇਰੀ ਮੇਰਾ ਫਰੂਕਾ ਮੇਰੀ ਜਾਨ, ਮੈਂ ਕੋਈ ਦੋਸਤ ਇੱਥੇ ਨਹੀਂ ਆਉਣ ਵਾਲਾ, ਚਲੋ ਤੁਸੀਂ ਮੇਰੇ ਵਾਸਤੇ ਮਰ ਜਾਓ ਖਤਮ। ਉਹ ਸੱਸ ਦੀ ਸ਼ਲਵਾਰ ਸੁੰਘਣ ਵਾਲਿਆ, ਉਹ ਤੂੰ ਮੈਨੂੰ ਕਹਿ ਰਿਹਾ ਆਪਣੇ ਦੋਸਤ ਨੂੰ? ਮੈਂ ਕੋਈ ਦੋਸਤ ਨਹੀਂ ਰੱਖਣਾ, ਨਿਕਲ ਵਜੋ ਇੱਥੋਂ। ਉਹ ਜੂਏ 'ਚ ਬੀਵੀ ਹਾਰਨ ਵਾਲਿਆ, ਉਹ ਜ਼ੈਨ ਤੂੰ ਮੈਨੂੰ ਕਹਿ ਰਿਹਾ? ਮੈਨੂੰ ਮੈਂ ਤੈਨੂੰ ਕਹਿ ਰਿਹਾ, ਲੇਕਿਨ ਮੈਂ ਤੂੰ ਇੱਥੇ ਨਹੀਂ ਆਉਣਾ, ਨਿਕਲ। ਉਹ ਸਾਲੀ ਦੇ ਮੋਬਾਈਲ 'ਚੋਂ ਬੈਲੈਂਸ ਕੱਢਣ ਵਾਲਿਆ, ਉਹ ਮੈਨੂੰ ਕਹਿ ਰਿਹਾ? ਓਏ ਤੈਨੂੰ ਕਹਿ ਰਿਹਾ ਨਿਕਲ। ਉਹ ਖੁਸਰਿਆਂ ਦੀਆਂ ਦੁਮਚੀਆਂ ਚੁੰਮਣ ਵਾਲਿਆ, ਉਹ ਮੈਨੂੰ ਕਹਿ ਰਿਹਾ? ਮੈਨੂੰ ਹੈ, ਮੈਂ ਤੈਨੂੰ ਕਹਿ ਰਿਹਾ ਬਈ ਇਸ ਘਰ 'ਚ ਨਹੀਂ ਵੜਨਾ, ਤਪਾ। ਉਹ ਰਿੱਛ ਦੀਆਂ ਬਗਲਾਂ ਛੱਡਣ ਵਾਲਿਆ, ਉਹ ਮੈਨੂੰ ਤੂੰ ਕਹਿ ਰਿਹਾ? ਆਪਣੇ ਦੋਸਤ ਨੂੰ ਕਹਿ ਰਿਹਾ? ਉਹ ਤੈਨੂੰ ਕਹਿ ਰਿਹਾ ਨਿਕਲ ਆ ਦਿੱਤੋ। ਉਹ ਅੰਡਰ ਵਿੱਚ ਭੱਲੇ ਪਾ ਕੇ ਖਾਣ ਵਾਲਿਆ, ਤੂੰ ਮੈਨੂੰ ਮੈਨੂੰ ਕਹਿ ਰਿਹਾ? ਮੈਨੂੰ ਕਹਿ ਰਿਹਾ? ਤੈਨੂੰ ਕਹਿ ਰਿਹਾ ਨਿਕਲ। ਓਏ ਬਕਵਾਸ ਬੰਦ ਕਰ ਕੁੱਤਿਆ, ਨਾ ਤੈਨੂੰ ਕਹਿ ਰਿਹਾ ਨੂੰ ਤਕੋ, ਬਸ ਰੱਖ ਆਪਣਾ ਘਰ ਆਪਣੇ ਕੋਲ, ਤੇਰੀ ਮੇਰੀ ਦੋਸਤੀ ਖਤਮ। ਮਾਫੀ, ਉਸ ਦਿਨ ਮੈਂ ਤੁਹਾਨੂੰ 40 ਪੈਸੇ ਦੇ ਆਇਆ ਸੀ। ਚੱਲ 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 ਤੂੰ ਮੇਰੇ ਵਾਸਤੇ ਮਰ ਗਿਆ। ਯਾਰ ਹੋਇਆ ਕੀ ਤੈਨੂੰ? ਹੋਇਆ ਕੀ ਏ? ਉਹ ਗਰੀਬ ਇਲਾਕੇ ਤੇ ਰਿੱਛ ਤੈਨੂੰ ਕੀ ਆਇਆ? ਕੀ ਗੱਲ ਹੈ?
ਸ਼ਰਾਬ ਪੀਤੀ ਨੇ ਜੀ? ਉਹ ਤੂੰ ਤੇ ਅਜੇ ਪਿਛਲੇ ਹਫਤੇ ਉਮਰਾ ਕਰਕੇ ਆਇਆ। ਅੱਲਾ ਦੀ ਕਸਮ ਮੈਂ ਆ, ਮੈਨੂੰ ਪਤਾ ਹੈ, ਲੇਕਿਨ ਜੋ ਵੀ ਹੈ ਮੈਂ ਮਜਬੂਰ ਹਾਂ, ਮੈਂ ਬੜਾ ਪਰੇਸ਼ਾਨ ਹਾਂ ਯਾਰ, ਮੈਨੂੰ ਨਾ ਕੱਢ। ਕਿਹੜੀ ਸ਼ਾਇਦ ਦੀ ਮਜਬੂਰੀ ਪੈ ਗਈ ਹੈ ਤੈਨੂੰ? ਉਸ ਦਿਨ ਤੁਸੀਂ ਮੇਰੀ ਨਿੱਕਰ ਪਾ ਗਏ। ਮੈਂ ਵੈਸੇ ਪੁੱਛ ਰਿਹਾ ਉਹਨਾਂ ਨੂੰ, ਚੱਲ ਦਫਾ। ਮੇਰੇ ਕੋਲ ਮੁਲਤਾਨ ਦੀਆਂ ਪੁਲਸਾਂ ਮੇਰੇ ਪਿੱਛੇ ਪੈ ਗਈਆਂ ਨੇ। ਕਿਉਂ? ਓਏ ਮੈਂ ਬਾਹਰ ਗਲੋਤੀ ਆ, ਮੈਨੂੰ ਪੜ ਕੇ ਲੈ ਜਾਣ ਗਿਆ ਹੈ। ਕੀ ਰੋਲਾ ਕੀ ਹੈ? ਓਏ ਸਿਆਪਾ ਪੈ ਗਿਆ ਮੈਨੂੰ। ਦੱਸੋ ਤੁਸੀਂ ਹੋਇਆ ਕੀ ਹੈ? ਮੇਰੇ ਕੋਲ ਖੁਸਰਾ ਮਰ ਗਿਆ ਜੇ। ਓਏ ਬੱਲੇ ਵਾਲਿਓ, ਮੇਰੇ ਕੋਲ ਖੁਸਰਾ ਮਰ ਗਿਆ, ਮੇਰੀ ਜ਼ਮਾਨਤ ਕਰਾ ਲਓ। ਮੇਰੀ ਜ਼ਮਾਨਤ ਸੁਣਿਆ ਤੁਹਾਡੇ ਤੇ ਬੜਾ ਵਾਕਫ ਆ ਮੁਲਤਾਨ ਚੜਾ, ਮੇਰੀ ਜ਼ਮਾਨਤ ਕਰਾ ਲਓਗੇ ਨਾ? ਤੁਹਾਡੀ ਮਿਹਰਬਾਨੀ ਹੋਏ। ਓਏ ਮੇਰੇ ਕੋਲ ਗੁਜ਼ਰਾ ਮਰ ਗਿਆ ਵੇ। ਉਹ ਕਿਵੇਂ ਮਰਿਆ? ਜੋ ਪਰਸੋਂ ਜਿਸ ਤਰ੍ਹਾਂ ਤੂੰ ਨਹੀਂ ਸੀ ਮਰਨ ਲੱਗਾ। ਓਏ ਮੈਨੂੰ ਬਚਾ, ਮੇਰੇ ਕੋਲ ਗੁਜ਼ਰਾ ਮਰ ਗਿਆ। ਮੈਡਮ ਤੁਸੀਂ ਬਚਾ ਲਓਗੇ ਨਾ? ਇਹ ਖੀਰੇ ਨੂੰ ਮਲੀ ਹੈ ਕੀ ਨਿਕਲਦਾ? ਹੈ ਵੀ ਮਰੇਗੀ, ਓਏ ਮਰੇਗਾ। ਤੂੰ ਵੀ ਮਰੇਗਾ ਕਾਲੀਏ, ਤੂੰ ਵੀ ਮਰੇਗਾ। ਉਹ ਕ੍ਰਿਸ ਗੇਲ ਦੀ ਨਜਾਇਜ਼ ਔਲਾਦ, ਤੂੰ ਵੀ ਮਰੇਗਾ। ਮੈਂ ਸਹੀ ਕਹਿ ਰਿਹਾ ਮੈਡਮ? ਤੁਸੀਂ ਤੇ ਇੱਥੇ ਬੜੇ ਜਾਣਦੇ ਜੀ ਲੋਕਾਂ ਨੂੰ। ਇਹ ਸੂਈ ਚ ਧਾਗਾ ਪਾਈਏ ਕੀ ਲਾਈਦਾ? ਮਰੇਗੀ। ਇਹ ਖੁਸਰੇ ਨੇ ਇਹੀ ਬੇਤਿਆਤੀ ਕੀਤੀ ਸੀ, ਮੈਂ ਤੈਨੂੰ ਕਹਿ ਰਿਹਾ। ਮੈਂ ਸਹੀ ਕਹਿ ਰਿਹਾ ਤੁਹਾਨੂੰ, ਤੁਸੀਂ ਮੇਰੀ ਗੱਲ। ਆ ਨਸ਼ਾ ਹੀ ਹੈਗਾ, ਕਿਤੇ ਮੈਨੂੰ ਨਾ ਮਾਰ ਦੇਵੇ। ਇਹ ਜਦੋਂ ਗੰਨਾ ਰੋਹ ਵਾਲੀ ਮਸ਼ੀਨ 'ਚ ਤੁਮੀ ਦਾ ਕੀ ਨਿਕਲਦੀ? ਰੋਹ ਮਰੇਗਾ। ਇਹ ਵੀ ਕਿਹਾ ਬੰਦਰ ਦਾ? ਮੈਂ ਕੁਛ ਨਹੀਂ ਕਰ ਸਕਦਾ ਮੈਡਮ। ਤੁਸੀਂ ਮੇਰੀ ਸਿਫਾਰਿਸ਼ ਕਰੋਗੇ ਨਾ ਆਪਣੇ ਸਮਾਰਟ ਪਿੰਡੇ ਦੇ ਨਾਲ, ਠੀਕ ਹੈ ਨਾ? ਬਸ ਤੁਸੀਂ ਕਿਸੇ ਤਰ੍ਹਾਂ ਇਹਨਾਂ ਨੂੰ ਮੈਨੂੰ ਬਚਾ ਲਾ, ਮੈਂ ਜਾ ਨਹੀਂ ਸਕਦਾ ਕਿਤੇ ਵੀ। ਮੇਰੀ ਗੱਲ ਸੁਣੇ ਨੌਕਰ। ਹੈਲੋ, ਮੇਰੀ ਦੋਸਤੇ। ਤੇ ਅੱਗੇ ਤੂੰ ਕਦੀ ਨਾ ਕੀਤੀ ਸਾਨੂੰ ਬਗੈਰ ਤਾਂ? ਤੇਰੀ ਨਹੀਂ, ਸਾਡੀ ਵੀ ਪਹਿਲੇ ਰਹੀ ਹੈ ਦੋਸਤ। ਉਹ ਕਿਵੇਂ? ਤੈਨੂੰ ਦੱਸਾਂਗਾ ਬਾਅਦ ਚੋਂ। ਹਾਂ ਨੌਕਰ, ਇਹਨੂੰ ਅੰਦਰ ਲੈ ਚੱਲ, ਨਾਸ਼ਤਾ ਸ਼ਾਸਤਾ ਦਾ ਇੰਤਜ਼ਾਮ ਕਰ। ਕਿਸੇ ਨੂੰ ਫੋਨ ਕਰ ਦਿਓ, ਕਿਸੇ ਵਾਕਫ ਨੂੰ। ਆਹ ਮੈਨੂੰ ਬਚਾ ਸਕਦੇ ਆ, ਕਿਉਂਕਿ ਇਹਨਾਂ ਦੇ ਕਹਿਣ ਤੇ ਸਾਰਾ ਸਿਸਟਮ ਹੋ ਸਕਦਾ। ਮੇਰੀ ਗੱਲ ਸੁਣ, ਤੂੰ ਮੇਰਾ ਮੈਨੂੰ ਕਿਉਂ ਇਸ ਤਰ੍ਹਾਂ ਕੱਢ ਰਿਹਾ? ਮੈਂ ਪਰੇਸ਼ਾਨ ਆ। ਤੂੰ ਮੇਰਾ ਸਮਝਦਾਰ ਦੋਸਤ ਹੈ, ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਤੂੰ ਸਮਝ ਵੈਸੇ। ਮੇਰੀ ਹੋ ਰਹੀ ਹੈ ਸ਼ਾਦੀ। ਅੱਛਾ। ਮੇਰੇ ਸਸੁਰਾਲ ਵਾਲਿਆਂ ਨੇ ਕਿਹਾ ਤੇਰਾ ਦੋਸਤ ਇਸ ਘਰ ਦੇ ਵਿੱਚ ਨਾ ਰਹੇ, ਤੇ ਦੂਜੇ ਨੰਬਰ ਤੇ ਉਹਨਾਂ ਨੇ ਆਖਿਆ ਅਸੀਂ ਤੇਰੇ ਮਾਂ ਪਿਓ ਨੂੰ ਵੀ ਮਿਲਣਾ। ਤੈਨੂੰ ਤਾਂ ਪਤਾ ਹੈ ਮੇਰਾ ਅੱਬੂ ਇੰਗਲੈਂਡ ਦਾ, ਅੰਮੀ ਮੇਰੀ ਮਰ ਗਈ। ਅੰਮੀ ਤੇਰੀ ਜਿਸ ਤਰ੍ਹਾਂ ਮਰੀ ਸਾਨੂੰ ਪਤਾ। ਉਹ ਕਿਵੇਂ? ਉਹਦਾ ਸੈਕਸੀਡੈਂਟ ਹੋਇਆ ਸੀ, ਮੈਨੂੰ ਪਤਾ ਵਾ। ਉਹ ਸੋਰੀ, ਐਕਸੀਡੈਂਟ ਹੋਇਆ। ਹਾਂਜੀ, ਘੰਟਾ ਘਰ ਨਾ ਦੁੱਧ ਕੁਛ ਹਮਲੇ ਚ ਮਰੀ ਸੀ ਉਹ, ਜਦੋਂ ਗੁਜਰ ਵੱਜਿਆ ਵਿੱਚ ਮੋਟਰਸਾਈਕਲ। ਖੁਦਕਸ਼ ਨੀ, ਉਹ ਵੱਜੇ ਸੀ, ਉਹ ਦੁੱਧ ਵਾਲਾ ਬੰਦਾ ਵੱਜਿਆ ਸੀ ਵਿੱਚ। ਹੁਣ ਮੈਂ ਕਿਆ ਕਰਾਂ ਦੱਸ? ਲੇਕਿਨ ਤੂੰ ਟੈਨਸ਼ਨ ਨਾਲ, ਤੂੰ ਚਾਹੁੰਦਾ ਕਿ ਤੇਰਾ ਵਿਆਹ ਹੋਵੇ? ਹਾਂ, ਹੋ ਜਾਏਗਾ ਮੇਰੇ ਸੋਹਣਿਆ। ਉਹ ਕਿਵੇਂ? ਉਹ ਸੁਣਿਆ ਬੇਲਾ ਵੀ ਤੇ ਪੱਟੀ ਦੋਵੇਂ ਆਏ ਨੇ, ਉਹ ਦੋਵੇਂ ਯਾਰ ਅੰਦਰ। ਆ ਸੁਣ ਫਿਰ, ਕਿਵੇਂ? ਤੇਰੇ ਰਿਸ਼ਤਾ ਵੇਖਣ ਵਾਲੇ ਆਉਣਗੇ, ਅਸੀਂ ਤੇਰੇ ਰਿਸ਼ਤੇਦਾਰ ਬਣ ਜਾਂਦੇ। ਕਿਵੇਂ? ਅੱਜ ਤੋਂ ਬਾਅਦ ਮੈਂ ਤੇਰਾ ਪਿਓ ਹਾਂ। ਹਾਂਜੀ, ਠੀਕ ਹੈ। ਕਰ, ਇਸ ਮੁਲਕ 'ਚ ਆਟਾ ਨਹੀਂ ਲੱਭ ਰਿਹਾ, ਚੀਨੀ ਨਹੀਂ ਲੱਭ ਰਹੀ, ਤੈਨੂੰ ਪਿਓ ਲੱਭ ਰਿਹਾ। ਹੋਰ ਤੈਨੂੰ ਦੱਸ ਕੀ ਚਾਹੀਦਾ? ਪਹਿਲੇ ਦੱਸ, ਤੂੰ ਮੇਰਾ ਪਿਓ ਲੱਗਦਾ? ਉਹ ਤੇਰੀ ਮੇਰੀ ਉਮਰ ਤੇਰੇ ਕੋਲੋਂ ਜ਼ਿਆਦਾ ਹੈ। ਨਹੀਂ ਨਹੀਂ, ਛੱਡਦੇ ਨਾ, ਕੋਈ ਮਸਲਾ ਇਹ ਉਮਰਾਂ ਦਾ ਨਹੀਂ ਹੁੰਦਾ। ਅੱਛਾ, ਇਹ ਤਾਂ ਬਸ ਐਵੇਂ ਸ਼ੁਕਲ ਮੇਲਾ ਹੁੰਦਾ ਤੇ ਬੱਚਾ ਹੋ ਜਾਂਦਾ। ਤੂੰ ਮੇਰਾ, ਤੂੰ ਸਮਝ, ਮੈਂ ਤੈਨੂੰ ਜੰਮਿਆ, ਮੈਂ ਤੇਰਾ ਪਿਓ।
ਅੱਛਾ ਫਰਜ਼ੀ, ਇੱਕ ਨੂੰ ਮਾਂ ਬਣਾਉਣ, ਇੱਕ ਨੂੰ ਚਾਚਾ, ਤੇ ਸੋਫੇ ਸੂਫੇ ਸੈੱਟ ਕਰ, ਠੀਕ ਹੈ, ਅਸੀਂ ਤਿਆਰ ਹੋ ਗਏ ਨੇ। ਮੈਂ ਤੇਰਾ ਕੀ ਆ? ਅੱਬੂ ਪਿਓ। ਹਾਂ, ਅੰਮੀ ਦਾ ਨਾਂ ਫਰਜ਼ਾਨਾ ਹੈ। ਇਹ ਨਹੀਂ ਅਸਰ ਦਾ ਦੱਸ ਅੰਨੀ ਰਿਹਾ, ਤੂੰ ਸ਼ਰਾਸਤੀ ਕਰ, ਨਹੀਂ ਤੈਨੂੰ ਤੇਰੀ ਮਾਂ ਦੀ ਕਸਮ, ਜੇ ਤੈਨੂੰ ਨਹੀਂ। ਚੱਲ ਰੁਖਸਾਨਾ, ਮੈਂ ਰੁਖਸਾਨਾ ਦਾ ਖਸਮ ਆ, ਕੁਛ ਨੀ, ਮੈਂ ਤੈਨੂੰ ਕਹਿ ਰਿਹਾ ਪਰ ਟੈਨਸ਼ਨ ਨੀ ਲੈਣੀ, ਅਸੀਂ ਤਿਆਰ ਹੁੰਦੇ ਸਮਾਨ ਸਾਰਾ ਵਿਆਹ ਨੂੰ ਅੰਦਰ। ਇੱਕ ਨੂੰ ਮਾਂ ਬਣਾਉਣਾ, ਇੱਕ ਨੂੰ ਚਾਚਾ, ਪਿਓ ਮੈਂ ਮੰਨਣਾ, ਤੇ ਕੁੜੀ ਨੂੰ ਬੁਲਾ, ਇਹ ਸੋਫੇ ਸੋਫੇ ਸੈੱਟ ਕਰਕੇ, ਤੇ ਅਸੀਂ ਮੈਂ ਤੈਨੂੰ ਸੱਦਾਂਗਾ ਅੱਬੂ, ਮੈਂ ਤਾਂ ਅੱਬੂ ਮੰਨ ਰਿਹਾ।